dentro. ਕੀ ਨਾਮ ਤੁਹਾਡਾ ਜੀ? ਹਾਂਜੀ, ਮੇਰਾ ਨਾਮ ਸ਼ਰਮਨ ਕੁਮਾਰ ਹੈ ਜੀ। ਕੀ ਕੰਮ ਕਰਦੇ? ਮੈਂ ਇੱਥੇ ਜੀ ਟੀਚਰ ਹਾਂ ਜੀ। ਕਿੱਥੇ? ਆਂਧ ਵੈਲੀ। ਅੱਛਾ, ਕੀ ਹੋਇਆ ਸਾਰਾ ਮਾਮਲਾ ਕੀ ਹੈ ਤੁਹਾਡਾ ਜੀ? ਸਰ, ਮਾਮਲਾ ਸਾਰਾ ਇਹ ਹੋਈ ਹੈ ਕਿ 11 ਤਰੀਕ ਨੂੰ ਮੇਰੀ ਇਸੇ ਭਤੀਜੀ ਸੀਗੀ, ਉਹਦਾ ਅੱਜ ਤੱਕ ਕੋਈ ਵੀ ਪਤਾ ਨਹੀਂ ਚੱਲ ਰਿਹਾ ਉਹ ਕਿੱਥੇ ਹੈ। ਕੀ ਨਾਮ ਹੈ ਸੀਗਾ? ਕਲਪਨਾ। ਕਿੰਨੇ ਚਿਰ ਹੋਇਆ ਵਿਆਹ ਨੂੰ? ਸਰ, ਵਿਆਹ ਮੇਰਾ ਹੋਇਆ ਸੀਗਾ 2014 'ਚ। ਕਿੰਨੇ ਬੱਚੇ ਨੇ? ਦੋ ਬੱਚੇ ਨੇ ਸਰ, ਬੇਟੇ ਦਾ ਨਾਂ ਸੁਰਜੀਤ ਹੈ, ਬੇਟੀ ਦਾ ਨਾਂ ਸਿਮਰਨ ਹੈ। ਕਿੱਥੇ ਭੱਜੀ? ਕਿਹੜੇ ਬੰਦੇ ਨਾਲ ਭੱਜੀ ਹੈ? ਉਹਦਾ ਨਾਂ ਜੀ ਅਮੋਲਕ ਸਿੰਘ ਹੈ ਜੀ, ਨਾਂ ਉਹਦਾ ਅਮੋਲਕ ਸਿੰਘ ਨਾਲ ਭੱਜੀ ਹੈ ਜੀ। ਤੁਹਾਨੂੰ ਕਿਵੇਂ ਪਤਾ ਜੀ ਉਹਨਾਂ ਨਾਲ ਭੱਜੀ ਹੈ? ਸਰ, ਉਹ ਮੁੰਡਾ ਵੀ ਉਸੇ ਦਿਨ ਤੋਂ ਫਰਾਰ ਸੀ 11 ਤਰੀਕ ਤੋਂ। ਉਹ ਮੁੰਡਾ ਕੀ ਕੰਮ ਕਰਦਾ ਜੀ? ਉਹ ਕੁਛ ਨਹੀਂ ਕਰਦਾ ਜੀ, ਉਹ ਤਾਂ ਬੇਰੁਜ਼ਗਾਰ ਹੈ। ਮੈਂ ਜਿਹਦੇ ਨਾਲ ਭੱਜੀ ਹੈ, ਮੈਨੂੰ ਇਸੇ ਗੱਲ ਦਾ ਤਾਂ ਅਫਸੋਸ ਹੈ ਕਿ ਮੇਰੇ ਬੱਚੇ ਕੀ ਕਰਦੇ ਹੋਣਗੇ, ਕੀ ਨਹੀਂ ਕਰਦੇ ਹੋਣਗੇ। ਉਹ ਕੁਛ ਵੀ ਨਹੀਂ ਕਰਦਾ ਜੀ, ਬਿਲਕੁਲ ਬੇਰੁਜ਼ਗਾਰ ਹੈ। ਉਹ ਪੜ੍ਹਦਾ ਸੀ ਇੱਥੇ। ਉਹ ਵੀ ਬਲਾਈਂਡ ਹੈ? ਹਾਂਜੀ ਹਾਂਜੀ, ਉਹ ਬਲਾਈਂਡ ਹੈ ਜੀ। ਨਜ਼ਰ ਨਹੀਂ ਆਉਂਦਾ ਉਹਨੂੰ? ਉਹ ਪਤਾ ਕਿ ਹੁੰਦਾ ਜੀ, ਬਲਾਈਂਡਾਂ ਵਿੱਚ ਨਾ ਤਿੰਨ ਕੈਟਾਗਰੀ ਹੁੰਦੀਆਂ। ਪਾਰਸਲੀ, ਜਿੱਦਾਂ ਪਾਰਸਲੀ ਪਾਰਸਲੀ ਮੰਨ ਜਾਂਦਾ, ਉਹ ਪਾਰਸਲੀ ਬਲਾਈਂਡ ਹੈਗਾ। ਅੱਛਾ, ਕੀ ਹੁੰਦਾ ਉਹ ਪਾਰਸਲੀ? ਕੀ ਹੁੰਦਾ ਪਾਰਸਲੀ? ਮਤਲਬ ਜਿਹਨੂੰ ਬਲਾਈਂਡ ਜਿੱਦਾਂ ਹੁੰਦਾ ਨਾ, ਜਿਹਨੂੰ ਉਹਨੂੰ ਮਤਲਬ ਬਿਲਕੁਲ ਦਿੰਦਾ, ਜਿਹੜਾ ਪਾਰਸਲ ਹੁੰਦਾ ਉਹਨੂੰ ਥੋੜ੍ਹਾ ਦਿਖਾਈ ਦਿੰਦਾ ਹੈ। ਅੱਛਾ, ਹੁਣ ਪਾਰਸਲੀ ਪੁਲਿਸ ਨੂੰ ਦੱਸਿਆ ਇਸ ਬਾਰੇ? ਹਾਂਜੀ ਹਾਂਜੀ ਸਰ, ਇਹ ਮੈਂ FIR ਦਰਜ ਕਰਵਾਈ ਹੈ ਜੀ। ਅੱਛਾ ਜੀ। ਹਾਂਜੀ, FIR ਦਰਜ ਕਰਵਾਈ ਹੈ, ਮੈਂ ਰਿਪੋਰਟ ਲਿਖਾਈ ਹੈ, FIR ਦਰਜ ਕਰਵਾਈ ਹੈ। ਕੀ ਚਾਹੁੰਦੇ ਹੋ ਤੁਸੀਂ? ਸਰ, ਮੈਂ ਤਾਂ ਇਹ ਚਾਹੁੰਦਾ ਕਿ ਮੇਰੇ ਬੱਚੇ ਮੈਨੂੰ ਮਿਲਣ, ਔਰ ਇਸ ਤੋਂ ਬਾਅਦ ਮੈਂ ਕੀ ਚਾਹੁੰਦਾ ਜੀ, ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ, ਕੋਈ ਵੀ ਕਾਰਵਾਈ, ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਹੋ ਰਹੀ ਹੈ, ਟਾਲ ਟੋਲ ਕਰ ਦਿੰਦੀ ਹੈ ਜੀ। ਜਿਹੜੀ ਪਤਨੀ ਸਰਵਣ ਦੀ ਭੱਜਦੀ ਹੈ, ਕੀ ਮਾਮਲਾ ਕਰ ਰਹੇ? ਸਰ, ਆਪਣਾ ਸਰਵਣ ਕੁਮਾਰ ਇੱਥੇ ਐਜ਼ ਏ ਆਪਣਾ ਟੀਚਰ ਸੀ, ਇਹਦੀ ਘਰ ਦੀ ਕਲਪਨਾ ਦੇਵੀ, ਉਹਦੀ ਵਾਈਫ ਉੱਥੇ ਰਹਿੰਦੀ ਸੀ, ਮੈਂ ਆਪਣਾ ਉੱਥੇ ਸਕੂਲ ਦੇ ਵਿੱਚ ਹੀ। ਅਤੇ ਆਹ ਜਿਹੜਾ ਅਮੋਲਕ ਸਟੂਡੈਂਟ ਹੈਗਾ ਇਹ, ਆਹ ਉੱਥੇ ਪੜ੍ਹਦਾ ਸੀ, ਇਹਦੇ ਨਾਲ ਇਹਦਾ ਲਵ ਚੱਲ ਰਿਹਾ ਹੋਣਾ ਪਹਿਲਾਂ ਕਿਤੇ, ਸਾਨੂੰ ਨਹੀਂ ਇਸ ਚੀਜ਼ ਦਾ ਬਾਰੇ ਪਤਾ। ਅਤੇ 11 ਤਰੀਕ ਨੂੰ ਇਹਨਾਂ ਨੇ ਆਣ ਕੇ ਸਾਨੂੰ ਕੰਪਲੇਂਟ ਦਿੱਤੀ ਵੀ ਮੇਰੀ ਪਤਨੀ ਅਮੋਲਕ ਦੇ ਨਾਲ ਚਲੀ ਗਈ। ਮਤਲਬ ਕਿ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਇੰਨੇ ਕੁ ਵਜੇ ਪਹਿਲਾਂ ਮੇਰੀ ਆਪਣਾ ਪਤਨੀ ਅਮੋਲਕ ਗਿਆ, ਉਸ ਤੋਂ ਬਾਅਦ ਮੇਰੀ ਪਤਨੀ ਚਲੀ ਗਈ। ਮੈਨੂੰ ਇੱਥੋਂ ਕਹਿ ਕੇ ਗਈ ਵੀ ਮੈਂ ਆਪਣੇ ਪੇਕੇ ਚੱਲੀ। ਤਿੰਨਾਂ ਦਿਨਾਂ ਬਾਅਦ ਉਹਨੇ ਘਰ ਪਤਾ ਕੀਤਾ ਆਪਣੇ ਸਹੁਰੇ, ਅਤੇ ਉੱਥੇ ਨਹੀਂ ਪਹੁੰਚੀ, ਅਤੇ ਉਹਨੂੰ ਪੂਰਾ ਸ਼ੱਕ ਹੈਗਾ ਵੀ ਉਹ ਮੁਲਕ ਦੇ ਨਾਲ ਹੀ ਗਈ। ਪੁਲਿਸ ਵੱਲੋਂ ਕੀ ਕਾਰਵਾਈ? ਪੁਲਿਸ ਵੱਲੋਂ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ, ਖੁਫੀਆ ਏਜੰਸੀ ਛੱਡੀ ਹੋਈ, ਆਪਣੇ ਮੁਖਬਰ ਖਾਸ ਛੱਡੇ ਹੋਏ, ਪੁੱਛਗਿੱਛ ਕਰ ਰਹੇ ਹਾਂ। ਅਤੇ ਪਰਚਾ ਦਰਜ ਕੀਤਾ ਜੀ? ਪਰਚਾ ਦਰਜ ਕੀਤਾ, ਹਾਂਜੀ। ਕਿਤੇ ਪਰਚਾ ਹੋਇਆ ਦਰਜ? ਪਰਚਾ ਹੋਇਆ ਮੁਲਕ 'ਤੇ ਜੀ। ਕਿਹੜੀ ਧਾਰਾ? ਹਾਂਜੀ, 346 ਲਾਈ ਜੀ, IPC। ਅੰਚਲ ਕੁਮਾਰ। ਅੰਚਲ ਜੀ, ਕਿੱਥੇ ਜੋਬ ਕਰਦੇ ਹੋ? ਮੈਂ ਇੱਥੇ ਆਂਧਰ ਵਿਦਿਆਲਿਆ ਦੀ ਜੀ, ਕੋਈ ਕਰੀਬਨ 28 ਸਾਲ ਤੋਂ ਸਰਵਿਸ ਕਰਦਾ ਪਿਆ। ਕੀ ਅਹੁਦਾ ਤੁਹਾਡਾ ਇੱਥੇ? ਮੈਂ ਸ਼ਾਸਤਰੀ ਹੈਗਾ ਜੀ, ਟੀਚਰ। ਅੱਛਾ, ਇਹ ਸਰਵਣ ਦਾ ਕੀ ਮਾਮਲਾ ਜੀ? ਸਰਵਣ ਸਰ ਜੀ ਮੇਰੇ ਨਾਲ ਹੀ ਨੌਕਰੀ ਕਰਦਾ, ਔਰ ਇਹ ਟੀਚਰ ਹੈਗਾ ਮੇਰੇ ਨਾਲ ਕੋਈ 8-10 ਸਾਲ ਤੋਂ। ਅਤੇ ਇਹਦੀ ਮਿਸੇਜ ਜਿਹੜੀ ਹੈ ਨਾ, ਉਹ ਸਾਡੇ ਨਾਲ ਦੇਖਦਾ ਸੀ, ਅਤੇ ਅਕਸਰ ਸਾਡੇ ਨਾਲ ਹੀ ਰਹਿੰਦਾ। ਅਸੀਂ ਦੇਖਦੇ ਹਾਂ ਕਿ ਮਿਸੇਜ ਇਹਦੀ ਮਤਲਬ ਠੀਕ ਠਾਕ ਹੈ, ਇਹਨੂੰ ਇੰਨਾ ਪਿਆਰ ਕਰਦੀ ਸੀ ਬਹੁਤ ਹੀ ਜ਼ਿਆਦਾ, ਅਤੇ ਕਦੀ ਸਾਨੂੰ ਮਹਿਸੂਸ ਨਹੀਂ ਹੋਇਆ ਵੀ ਮਤਲਬ ਇਹ ਬਲੈਂਡ ਪਰਸਨ ਕਰਕੇ ਨਹੀਂ ਕਰਦੀ ਹੋਈ। ਇਹਨੇ ਬਹੁਤ ਪਿਆਰ ਕਰਦੀ ਸੀ, ਅਤੇ ਅਮੋਲਕ ਨਾਂ ਦਾ ਜਿਹੜਾ ਵਿਅਕਤੀ ਸੀ, ਇੱਥੇ ਪੜ੍ਹਦਾ ਸਾਡੇ ਕੋਲ, ਮੇਰੇ ਕੋਲ ਪੜ੍ਹਿਆ ਹੈ, ਔਰ ਅੱਜ ਕੱਲ੍ਹ BA ਕਰਦਾ ਪਿਆ ਸੀ। ਅਤੇ ਉਹ ਆਪਣੇ ਉਹ ਸਾਡੀ ਨਜ਼ਰਾਂ ਵਿੱਚ ਅਸੀਂ ਭੈਣ ਭਰਾ ਬਣ ਕੇ ਰਹਿੰਦੇ ਨੇ। ਅਸੀਂ ਕਈ ਵਾਰ ਪੁੱਛਿਆ ਵੀ ਵੀ ਅਮੋਲਕ ਕੀ ਗੱਲ ਹੈ, ਕਹਿੰਦੇ ਇਹ ਸਾਡੀ ਭੈਣ ਹੈਗੀ ਹੈ, ਅਤੇ ਉਹਨਾਂ ਨੇ ਭੈਣ ਭਰਾ ਕਰਕੇ ਤਾਂ ਕਰਕੇ ਸਾਨੂੰ ਸ਼ੱਕ ਨਹੀਂ ਹੋਇਆ। ਅਤੇ ਉਸ ਤੋਂ ਬਾਅਦ ਜਦੋਂ ਲੈ ਕੇ ਚਲਾ ਗਿਆ, ਅਤੇ ਫਿਰ ਸਾਨੂੰ ਪਤਾ ਲੱਗਾ ਤਾਂ ਇਹ ਬੰਦਾ ਬਹੁਤ ਹੀ ਦੁਖੀ ਹੈ, ਅਤੇ ਅਸੀਂ ਚਾਹੁੰਦੇ ਕਿ ਇਹਦੀ ਸਰਕਾਰ ਜਲਦੀ ਮਦਦ ਕਰੇ। ਜਿਹੜਾ ਬੰਦਾ ਲੈ ਕੇ ਗਿਆ ਉਹ ਵੀ ਬਲਾਈਂਡ ਹੈ? ਉਹ ਸਰ ਜੀ ਕੋਈ 40% ਨੂੰ ਦਿਖਦਾ ਹੈਗਾ, ਅਤੇ ਬਾਕੀ ਬਲਾਈਂਡ ਟੋਟਲੀ। ਪੁਲਿਸ ਨੂੰ ਦੱਸਿਆ ਇਸ ਬਾਰੇ? ਸਰ, ਪੁਲਿਸ ਬਾਰੇ ਅਸੀਂ ਰਿਪੋਰਟ ਲਿਖਾ ਚੁੱਕੇ ਹਾਂ, ਅਤੇ ਪੁਲਿਸ ਕੋਈ ਵੀ ਮਤਲਬ ਸਾਡੇ ਤਸੱਲੀ ਬਖਸ਼ਣੀ ਕਾਰਵਾਈ ਕਰਦੀ ਪਈ। ਅਸੀਂ ਕਈ ਵਾਰ ਗਏ ਉਹਨਾਂ ਕੋਲ, ਅਤੇ ਸਾਨੂੰ ਜਦੋਂ ਜਾਣਦੇ ਹਾਂ ਤਾਂ ਆਨ ਰੋਲ ਕਰਦੇ ਨੇ। ਕੀ ਮੰਗ ਕਰਦੇ? ਹਾਂਜੀ, ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਕਿ ਸਰਵਣ ਦੇ ਬੱਚੇ ਜਿਹੜੇ ਨੇ ਇਹਦੇ ਕੋਲ ਆ ਜਾਣ, ਅਤੇ ਇਹਦਾ ਵਿਚਾਰੇ ਦਾ ਦਿਲ ਲੱਗਾ ਰਹੇ, ਜਿਸ ਕਰਕੇ ਬੜਾ ਪਰੇਸ਼ਾਨ ਹੈ। ਅਤੇ ਔਰਤ ਮਿਲ ਜਾਏ ਤਾਂ ਬਹੁਤ ਵਧੀਆ।